ਸਤਿ ਸ੍ਰੀ ਅਕਾਲ ਮੇਰਾ ਨਾਮ ਇੰਦਰਵੀਰ ਤੇ ਮੇਰਾ ਦੋਸਤ ਅਮਰਦੀਪ ਸਤਿ ਸ੍ਰੀ ਅਕਾਲ ਜੀ ਮੈਂ ਕੈਨੇਡਾ ਜਨਵਰੀ ਇੰਟੇਕ ਵਿੱਚ ਆਇਆ ਸੀ ਇੱਥੇ ਆਉਂਦੇ ਹੀ ਮੈਂ ਆਪਣੇ ਕੋਰਸ ਤੋਂ ਸੈਟਿਸਫਾਈ ਨਹੀਂ ਸੀ ਤਾਂ ਫਿਰ ਮੈਂ ਇਹਨੂੰ ਚੇਂਜ ਕਰਨ ਲਈ ਸੋਚਿਆ ਇਹਦੇ ਰਿਗਾਰਡਿੰਗ ਮੈਂ ਬਹੁਤ ਜਾਣੇ ਦੀ ਐਡਵਾਈਸ ਲਿੱਤੀ ਸਭ ਨੇ ਮੈਨੂੰ ਅਲੱਗ ਅਲੱਗ ਸੁਜੈਸਟ ਕੀਤਾ ਫਿਰ ਮੈਨੂੰ ਇਸ ਤਰ੍ਹਾਂ ਕਿਊਬਿਕ ਬਾਰੇ ਪਤਾ ਲੱਗਿਆ ਕਿ ਉੱਥੇ ਅਕਾਊਂਟਿੰਗ ਆ ਫਿਰ ਮੈਂ ਇਹਦੇ ਬਾਰੇ ਮੇਰੀ ਉੱਥੇ ਫੈਮਿਲੀ ਆ ਮੈਂ ਉਹਨਾਂ ਤੋਂ ਸਰਚ ਆਊਟ ਕੀਤਾ ਉਹਨਾਂ ਨੇ ਕਾਫੀ ਸਰਚ ਆਊਟ ਕੀਤਾ ਲਈ ਲੱਭਿਆ ਪਤਾ ਕਰਿਆ ਉਹ ਕਹਿੰਦੇ ਵੀ ਠੀਕ ਆ ਮੇਰੇ ਗੱਲ ਦਿਲ ਤੇ ਲੱਗੀ ਤੇ ਫਿਰ ਮੈਂ ਭਾਈ ਉਹਨਾਂ ਨਾਲ ਕੰਟੈਕਟ ਕੀਤਾ ਤੇ ਮੈਨੂੰ ਕੰਡੀਸ਼ਨਲ ਆਫਰ ਲੈਟਰ ਮਿਲ ਗਿਆ ਉੱਥੇ ਦਾ ਫਿਰ ਮੈਂ ਕੈਨੇਡੀਅਨ ਇਮੀਗ੍ਰੇਸ਼ਨ ਤੋਂ ਵੀ ਇਹਦੇ ਬਾਰੇ ਪਤਾ ਕਰਿਆ ਤੇ ਉਹ ਸਭ ਕੁਛ ਠੀਕ ਨਿਕਲਿਆ ਜਿਹੜਾ ਮੈਨੂੰ ਸਾਰੇ ਮੇਰੇ ਡਾਊਟ ਸੀਗੇ ਕਲੀਅਰ ਹੋ ਗਏ ਫਿਰ ਮੈਂ ਇੱਕ 101% ਸ਼ਿਓਰ ਹੋ ਕੇ ਮੈਂ ਅਪਲਾਈ ਕੀਤਾ ਤੇ ਮੋਸਟ ਲਕਲੀ ਮੈਨੂੰ ਮੇਰਾ CAQ ਵੀ ਮਿਲ ਗਿਆ ਜੋ ਕਿ ਉੱਥੇ ਦੀ ਕੰਡੀਸ਼ਨ ਹੈ ਕਿਊਬੇਕ ਗਵਰਨਮੈਂਟ ਦੀ ਔਰ ਮੈਂ ਇਹ ਮੈਨੂੰ ਇਸ ਵੀਕ ਹੀ ਮਿਲਿਆ ਤੇ ਮੇਰਾ ਫਰੈਂਡ ਆ ਇਹਨੂੰ ਮੇ ਵੀ ਪਿਛਲੇ 2 ਵੀਕ ਮਿਲ ਗਿਆ ਸੀ ਤੇ ਸਾਡਾ ਟੋਟਲ 17 ਜਣਿਆਂ ਦਾ ਗਰੁੱਪ ਹੈ ਤੇ ਅਸੀਂ ਮੇ ਵੀ ਮਈ 10 ਤੱਕ ਅਸੀਂ ਸਾਰੇ ਉੱਥੇ ਮੂਵ ਹੋ ਰਹੇ ਹਾਂ ਮੈਨੂੰ ਤਾਂ ਸਭ ਤੋਂ ਬੈਸਟ ਸੇਫ ਐਂਡ ਸਿਕਿਓਰ ਪ੍ਰੋਸੈਸ ਲੱਗਦੀ ਹੈ PR ਫੰਡ ਲੈਣ ਦੀ ਕੈਨੇਡਾ ਵਿੱਚ ਇੰਦਰਵੀਰ ਨਾਲੇ ਤੁਹਾਨੂੰ ਉਹ ਟਾਈਮ ਕਿੰਨਾ ਲੱਗਿਆ ਇਹਦੇ ਵਿੱਚ ਕਿੰਨਾ ਕਹਿ ਰਹੇ ਇਮੀਗ੍ਰੇਸ਼ਨ ਆਫੀਸਰ ਜਿਹੜਾ ਇਮੀਗ੍ਰੇਸ਼ਨ ਮਿਲਣ ਨੂੰ ਲੱਗਣਾ ਮੋਸਟ ਪ੍ਰੋਬਬਲੀ 16 ਟੂ 20 ਮੰਥਸ ਮੈਕਸਿਮਮ ਟਾਈਮ ਆ ਇਮੀਗ੍ਰੇਸ਼ਨ ਲੈਣ ਦੀ ਤੇ ਹੋਰ ਤਾਂ ਕੋਈ ਡਾਊਟ ਡੂਟ ਨਹੀਂ ਹੈਗਾ ਕੋਈ ਕਿਸੇ ਗੱਲ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਪਹਿਲਾਂ ਸੀਗੇ ਹੁਣ ਤਾਂ ਟੋਟਲੀ ਕਲੀਅਰ ਆਊਟ ਹੈ ਸਭ ਕੁਝ ਘਰਦਿਆਂ ਨੇ ਕਿੰਨੀ ਕੁ ਵਾਰ ਗੱਲ ਕੀਤੀ ਉੱਥੇ ਘਰਦਿਆਂ ਨੇ ਬਹੁਤ ਜਿੰਨਾ ਹੋ ਸਕਦਾ ਕਹਿੰਦੇ ਨੇ ਹੁੰਦੇ ਖੁੰਜਾ ਖੁੰਜਾ ਛਾਣ ਲਿਆ ਉਹ ਕਰ ਲਿਆ ਮਾਮੇ ਨੇ ਹਾਂ ਜੀ ਕੋਈ ਗਲਤ ਲੱਗਦੀ ਹੋਵੇ ਕੋਈ ਚੀਜ਼ ਕਿਊਬਿਕ ਬਾਰੇ ਇਹਦੇ ਵਿੱਚ ਤੁਹਾਨੂੰ ਨਹੀਂ ਨਹੀਂ ਹੁਣ ਤੱਕ 101% ਸ਼ੋਰ ਆ ਮੈਂ ਤਾਂ ਸਾਰਿਆਂ ਨੂੰ ਸੁਜੈਸਟ ਕਰਦਾ ਵੀ ਆਪਣਾ ਮੇਨ ਮੋਟਿਵ ਇੱਥੇ PR ਲੈਣਾ ਹੀ ਆ ਜਿਹੜੇ ਸੱਚ ਨਾਲ ਤੁਹਾਡੇ ਇੱਕ ਮੁੰਡਾ ਹੈਗਾ ਆ ਸਨੀ ਉਹ ਕਿੰਨਾ ਕੁ ਪੜਿਆ ਕਿ ਜਿਹੜਾ ਇਸ ਪਾਸੇ ਨੂੰ ਚੱਲਿਆ ਹੋਇਆ ਆ ਉਹ ਤਾਂ ਪੜਨ ਦਾ ਤੁਹਾਨੂੰ ਇੱਥੇ ਹੀ ਪਤਾ ਲੱਗ ਸਕਦਾ ਕਿ ਉਹ ਬੰਦੇ ਦੇ ਆਈਲੈਟਸ ਏਡ ਬੈਂਡ ਨੇ ਠੀਕ ਆ ਆਈਲੈਟਸ ਏਡ ਬੈਂਡ ਨੇ ਤੇ ਉਹਦੇ ਕੋਲ ਇੰਡੀਆ ਦਾ ਵਰਕ ਐਕਸਪੀਰੀਅੰਸ ਵੀ ਆ ਉਹ ਬੰਦਾ ਉਹਦੇ ਬਾਰੇ ਕਹਿਣ ਦੀ ਲੋੜ ਅੱਛਾ ਬਾਕੀ ਇੱਕ ਮੈਨੂੰ ਹੋਰ ਗੱਲ ਦੱਸੀ ਕਿ ਆ ਜਿਹੜਾ ਉਹਦੇ ਹੁਣ ਏਡ ਬੈਂਡ ਹੈਗੇ ਜੇ ਉਹਦਾ ਕਿਸੇ ਨੂੰ ਨੰਬਰ ਚਾਹੀਦਾ ਹੋਵੇ ਜੇ ਤੁਸੀਂ ਆਲਰੇਡੀ ਉੱਥੇ ਅਕਾਊਂਟ ਹੈਗਾ ਤੁਹਾਡਾ ਫੇਸਬੁੱਕ ਦੇ ਵਿੱਚ ਵੀ ਹੈਗਾ ਆ ਤੇ ਆਪਾਂ ਜਿਸ ਕੇ ਸਟੂਡੈਂਟ ਨੇ ਬਾਈ ਚਾਂਸ ਕੋਈ ਕਾਲ ਕਰਦਾ ਉਹਨਾਂ ਤੁਸੀਂ ਆਰਾਮ ਨਾਲ ਆਪਣਾ ਤਸੱਲੀ ਦੇ ਨਾਲ ਕਿਸੇ ਨੂੰ ਸੈਟੀਸਫਾਈ ਕਰਨ ਦੀ ਲੋੜ ਪੈਂਦੀ ਜਾਂ ਕੋਈ ਇਨਕੁਆਇਰੀ ਤੁਹਾਡੇ ਤੋਂ ਪੁੱਛਦਾ ਆ ਆਰਾਮ ਨਾਲ ਤਸੱਲੀ ਨਾਲ ਕੋਈ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਕਿਸੇ ਨੂੰ ਨਹੀਂ ਨਹੀਂ ਜਦੋਂ ਮਰਜ਼ੀ ਕਾਲ ਕਰਨ ਬਕਾਇਦਾ ਉਹਦੇ ਬਾਅਦ ਹੈਲਪਲਾਈਨ ਤੇ ਕੁਛ ਵੀ ਸਾਡੇ ਲਈ ਮੈਸੇਜ ਕਰਨਾ ਹੋਵੇ ਕਰ ਸਕਦੇ ਹਾਂ ਅਸੀਂ ਹਮੇਸ਼ਾ ਅਵੇਲੇਬਲ ਰਹਾਂਗੇ ਤੇ ਜੇ ਕਿਸੇ ਨੂੰ ਆ CAQ ਵਗੈਰਾ ਪਰਸਨਲੀ ਕੋਈ ਮਿਲਣਾ ਕਿਸੇ ਨੇ ਜਾਂ ਕੁਛ ਉਹਦੇ ਬਾਰੇ ਇਨਫੋਰਮੇਸ਼ਨ ਲੈਣੀ ਆ ਉਦੋਂ ਅੱਬਲ ਤਾਂ ਸਾਡੇ ਅਸੀਂ ਇੱਥੇ ਬੈਠੇ ਹਾਂ ਆਫਿਸ ਦੇ ਵਿੱਚ ਦੱਸ ਦੇਣਾ ਜੇ ਲੋੜ ਪੈਂਦੀ ਹੈ ਤਾਂ ਤੁਹਾਨੂੰ ਕਿਸੇ ਗੱਲ ਦੀ ਦਿੱਕਤ ਤਾਂ ਨਹੀਂ ਦਿਖਾ ਲੈਂਦੀ ਇਹਦੇ ਵਿੱਚ ਨਹੀਂ ਨਹੀਂ ਕੋਈ ਗੱਲ ਨਹੀਂ ਹੈਗੀ ਪੱਕੀ ਗੱਲ ਆ ਚਲੋ ਠੀਕ ਹੈ।